ਭਾਜੀ ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ। ਅਤੇ ਪਿਛਲਾ ਵਲੌਗ ਹੁਣੀ ਐਂਡ ਕਰਿਆ, ਨਵਾਂ ਸਟਾਰਟ ਕਰ ਲਿਆ। ਹੁਣ ਇਹਦਾ ਖੋਲ੍ਹਣਾ ਆਪਾਂ, ਏਰੀਆ ਸੁੱਕਾ ਕਰਨਾ, ਸਲਾਂਸਰ ਲਾਉਣਾ ਸੀ ਐਨ ਐੱਚ ਦਾ, ਜਿਹੜਾ ਪਹਿਲਾਂ ਇਹਦੇ ਲੱਗਿਆ ਵਾ ਹੁੰਦਾ ਸੀ ਬਾਹਰ ਜਾਲੀ ਵਾਲਾ, ਇਹਦਾ ਹਜੇ ਸਿੱਧਾ ਪੈਪ ਏਜੰਸੀ 'ਚ ਔਡਰ ਪਾਇਆ ਵਾ, ਉਹ ਲੈ ਲੈਣਾ ਫਰੀ, ਉਹ ਲੈ ਲੈਣਾ ਉਹਨਾਂ 'ਤੇ। ਅਤੇ ਆ ਖੋਲ੍ਹਣੇ ਇਹਦੇ ਸਾਈਡਾਂ ਵਾਲੇ, ਫੜ ਕੇ ਬੈਠਣੇ ਵਾਲੇ। ਹੁਣ ਕਹਿੰਦੇ ਕੀ ਨੇ, ਮੈਂ ਉਹਨਾਂ ਨੂੰ ਭੁੱਲ ਗਿਆ, ਅਤੇ ਛਤਰੀ ਉੱਚੀ ਚੱਕਣੀ ਆ, ਸਿਰਫ ਆਜਦਾ ਛਤਰੀ ਨੀਵੀਂ ਆ। ਇਹ ਦੇਖੋ ਗਲੀਆਂ ਥੱਲੇ ਨੇ, ਇਹਦੀਆਂ ਉੱਪਰ ਆਉਂਦੀਆਂ, ਇਹਦੀ ਵੀ ਨੀਵੀਂ ਸੀ, ਇਹਦੀ ਵੀ ਉੱਪਰ ਚੱਕੀ ਸੀ ਫਿਰ। ਅਤੇ ਹੁਣ ਖੋਲ੍ਹਦੇ ਹਾਂ ਫਿਰ, ਅਤੇ ਇਹਦੇ ਵੀ ਆਪਾਂ ਵੇਟ ਔਡਰ ਕਰੇ ਪਏ ਨੇ, ਉਹ ਵੀ ਆ ਜਾਣਗੇ। ਆਹ ਤੁਹਾਨੂੰ ਲੱਗਦਾ ਹੋਊਗਾ ਕਿ ਡੁੱਲੇ ਵਾ ਵੀ ਸੀਲ ਲੀਕ ਆ, ਇੱਦਾਂ ਲੱਗਦਾ ਹੋਊਗਾ। ਪਰ ਕੱਦੂ ਕਰਕੇ ਆਪਾਂ ਆਹ ਜੇ ਖੋਲ੍ਹਤੇ ਦੇ, ਪ੍ਰੈਸ਼ਰ ਕੱਢਦਾ ਹੈ ਉਹਦੇ ਵਾਲਾ, ਇਹ ਕੱਦੂ 'ਚ ਨਹੀਂ ਕਾਮਯਾਬ ਹੈਗਾ ਪ੍ਰੈਸ਼ਰ ਕੱਢਣੇ ਵਾਲਾ ਬਾਲ ਜਾ, ਤਾਂ ਹੀ ਖੋਲ੍ਹਤੇ ਅਤੇ ਸਿੰਪਲ ਨਟ ਲਾਏ ਤੇ। ਫਿਰ ਜਦ ਦੁਬਾਰੇ ਨਟ ਖੋਲ੍ਹਿਆ ਉਹ ਆਹ ਲਾਉਣ ਨੂੰ, ਉਹਨੇ ਪੈਕਸਨਾਂ ਨੇ ਬਾਹਰ ਉਲਟੀ ਜਿਹੀ ਮਾਰੀ, ਇੱਧਰਲੇ ਪਾਸੇ ਤੋਂ ਇੱਧਰੋਂ ਨਹੀਂ ਮਾਰੀ, ਇੱਧਰੋਂ ਮਾਰੀ, ਉਹ ਡੁੱਲਿਆ ਵਾ ਉਹਦੇ ਉੱਪਰ, ਫਿਰ ਮਿੱਟੀ ਲੱਗ ਗਈ ਕੱਦੂ ਤੋਂ ਬਾਅਦ। ਟਰੈਕਟਰ ਨੂੰ ਡੀਜ਼ਲ ਜਾਂ ਮਰਾਇਆ ਤਾਂ ਹੀ ਦੇਖੋ ਕਿਵੇਂ ਮਿੱਟੀ ਜਿਹੀ ਲੱਗੀ ਪਈ ਆ, ਹੁਣ ਧੋਣੇ ਵਾਲਾ ਹੋਇਆ ਵਾ ਕਿਹਾ। ਧੁੱਪ ਬੜੀ ਕੜਾਕੇਦਾਰ ਆ, ਸਿੱਧੀ ਪੈਂਦੀ ਆ ਟਰੈਕਟਰ ਦੇ ਅੱਖਾਂ 'ਚ। ਖੋਲ੍ਹਦੇ ਹਾਂ, ਚਲੋ ਕਿੱਟ ਮੈਂ ਰੱਖੀ ਦੀ ਆ। ਆਹ ਦੇਖੋ ਸਾਰੇ ਹੋਲਣਾ, ਹੁਣ ਪ੍ਰੋਬਲਮ ਆਉਂਦੀ ਆ ਜਿਵੇਂ ਤੁਸੀਂ ਲੈਣਾ ਹੋਲਣ, ਕਦੇ ਦਿੱਕਤ ਨਾ ਮੰਨਿਓ। ਆਹ ਚਲੋ ਟਾਈਟ ਕਰ ਦਾਂਗੇ, ਘੱਟ ਜੂਗਾ, ਪਰ ਇਹਨੇ ਲੀਕ ਮਾਰਨਾ ਹੀ ਮਾਰਨਾ, ਇਹ ਫਿਰ ਜਦ ਚੱਲ ਕੇ ਜਰਜੀ ਜੰਮ ਜਾਣੀ, ਇਹਨੇ ਹਟ ਜਾਣਾ। ਆਹ ਦੇਖੋ ਆਹ ਵੀ ਮਾਰਦਾ ਸੀ ਆਪਣਾ, ਹੋਰ ਹੋਲਣ ਦੇਖੇ ਨੇ ਉਹ ਵੀ ਮਾਰਦੇ ਨੇ, ਆਹ ਮਾਰਦਾ ਸੀ ਆਹ ਦਾਗ ਪਿਆ ਵਾ ਜਿਹੜਾ, ਆਹ ਆਉਂਦਾ ਇਹ ਉਹਦਾ ਹੀ ਆ, ਹਾਲੇ ਉਤਰਦਾ ਨਹੀਂ, ਉਹਦਾ ਹੀ ਦਾਗ ਆ ਇਹ, ਉਹਨੇ ਹੀ ਪਾਇਆ ਵਾ, ਸਿੱਧੀ ਲਹਿਣ ਆਉਂਦੀ ਦੇ ਦਿਓ ਤਾਂ ਹੀ ਆ, ਅਤੇ ਹਟ ਜਾਣਾ ਆ ਜਰਜੀ ਫਸੀ ਇਹ 'ਚ, ਹਟ ਜਾਣਾ ਉਹਨੇ ਵੀ ਮਾਰਦੇ, ਸਾਰੇ ਹੀ ਹੋਲਣ ਮਾਰਦੇ ਜਿੰਨੇ ਮੈਂ ਤਕਰੀਬਨ ਦੇਖੇ ਨੇ। ਵਾਲਾ ਡੰਡਾ ਮੈਂ ਕਹਿੰਦਾ ਇੱਕ ਡੰਡਾ ਉਹਨਾਂ ਲੱਗਦਾ ਇੱਕ ਪਾਸੇ ਦੇਖ ਕੇ, ਦੂਏ ਪਾਸੇ ਦੂਏ, ਤੁਹਾਨੂੰ ਜਿਵੇਂ ਪਤਾ ਹੀ ਆ ਤਿੰਨ ਨਟ ਹੁੰਦੇ ਨੇ ਇਹਦੇ, ਇੱਕ ਨਟ ਆ ਰਿਹਾ, ਇੱਕ ਹੋ ਰਿਹਾ, ਇੱਕ ਆ ਰਿਹਾ, ਪੀਲੇ ਪੀਲੇ ਨਟ ਨੇ ਜਿਹੜੇ, ਬਸ ਤਿੰਨਾਂ ਨੂੰ ਖੋਲ੍ਹ ਕੇ ਨਾ ਖੁੱਲ੍ਹ ਜਾਣਾ ਬਸ। ਲਾਹ ਤੇ ਡੰਡੇ ਹੈਂਡ ਲੱਗਣ ਲੱਗ ਗਏ ਹੁਣ, ਇਸ ਤਰ੍ਹਾਂ ਅਸਾਂ ਲਾਉਂਦੇ ਹੁਣ, ਆਹ ਵਾਲਾ ਲਾਉਂਦੇ ਫਿੱਟ ਕਰਦੇ ਹਾਂ ਇਹਦੇ, ਲੀਰ ਮਾਰਨਾ ਪਹਿਲਾਂ ਇਹਦੇ। ਆਹ ਦੇਖੋ ਜੀ, ਕੱਲ੍ਹ ਗਰਮ ਕਰਿਆ ਟਰੈਕਟਰ, ਜੇ ਗਰਮ ਕਰਦੇ ਹਾਂ ਕਾਲੀ ਜੀ ਹੁੰਦੀ ਆ, ਤੁਸੀਂ ਬਲੌਗ ਨਹੀਂ ਬਣ ਪਾਉਂਦਾ ਗਰਮ ਕਰਦੇ ਹੋਏ ਰਹੇ। ਹਾਂ ਦੇਖੋ ਹੁਣ ਕਿਵੇਂ ਲੈਂਦਾ, ਟਰਬੋ ਦਾ ਕੀ ਹਾਲ ਹੋਇਆ ਵਿਚਾਰੀ ਦਾ, ਟਰਬ ਦਾ ਹਾਲ ਮਾੜਾ ਹੀ ਹੋਇਆ, ਭੱਠੀ ਦਿਖਾਉਣਾ ਸਾਨੂੰ ਉੱਧਰੋਂ, ਲਓ ਜੀ ਭੱਠੀ ਦਾ ਵੀ ਰੰਗ ਚੱਕਤਾ, ਇਹ ਵੀ ਹੋ ਜਾਣੀ ਇਹਦੇ ਕਰਕੇ ਨਾ, ਦੇਖਿਓ ਇੱਕ ਮੈਂ ਦੇਖੋ ਜੀ ਭੱਠੀ ਘੱਟ ਦਿਖਦੀ ਆ ਹੋਰ ਉਹਨਾਂ ਦੀ, ਇਹੀ ਜਿਹੀ ਹੋ ਜਾਣੀ ਉਹਦੀ ਵੀ ਭੱਠੀ, ਇਹੀ ਜਿਹੀ ਟਰਬੋ ਹੋ ਜਾਣੀ ਆ ਹੀ ਰੰਗ ਦੀ, ਜੇ ਚੱਲਣਾ ਹੋ ਰਹੇ ਨੇ ਅਸਾਂ ਤਾਂ ਜੇ ਖੋਲ੍ਹਣਾ ਤੁਸੀਂ ਬਸ ਆਹ ਦੋ ਨਾਲ ਢਿੱਲੇ ਕਰੋ, ਪਹਿਲਾਂ ਪਹਿਲਾਂ ਥੱਲੇ ਗਿਰਦਣਾ ਇੱਥੇ ਹੁੰਦਾ ਸਲਾਂਸਰ, ਇਹਨੂੰ ਕੱਢ ਕੇ ਦੂਆ ਲਾਓ ਉੱਪਰ ਚੜ੍ਹਾ ਕੇ ਸਲਾਂਸਰ ਦੀ ਟਿੱਕੀ 'ਚ ਕਾ ਦਿਓ, ਫਿਰ ਸਲਾਂਸਰ ਕੱਢਿਆ ਗਿਆ। ਸਲਾਂਸਰ ਲਾ ਚੁੱਕੇ ਆ ਭਾਏ, ਆਵਾਜ਼ ਚੈੱਕ ਕਰੋਗੇ ਨਾ, ਨਿਊਟਰਲ ਕਰ ਲਿਆ, ਆਵਾਜ਼ ਵਧੀਆ ਬਣ ਗਈ। ਅਤੇ ਹੁਣ ਤੁਹਾਨੂੰ ਮੈਂ ਦੱਸਾਂ, ਪਹਿਲਾਂ ਵੀ ਬਹੁਤ ਵੀਡੀਓ ਦੱਸ ਚੁੱਕਿਆ, ਪਰ ਜੇ ਕੋਈ ਆਪਣਾ ਨਵਾਂ ਸਬਸਕ੍ਰਾਈਬਰ ਜੁੜਿਆ ਆਪਣਾ, ਉਹਨੂੰ ਇਨਫੋਰਮੇਸ਼ਨ ਨਹੀਂ ਹੈਗੀ ਤਾਂ ਲੈ ਸਕਦਾ ਆਪਾਂ ਦੀ ਇਨਫੋਰਮੇਸ਼ਨ। 17 ਨੰਬਰ ਦੇ ਦੋ ਨਾਟ ਇਹ ਨੇ, ਜੇ ਕਲੀਨਰ ਸੁੱਕਾ ਕਰਨਾ ਆਪਾਂ 17 ਨੰਬਰ ਦੇ ਦੋ ਨਾਟ ਆਹ ਖੋਲ੍ਹੋ, ਸ਼ੋ ਖੋਲ੍ਹ ਕੇ ਆਹ ਕੱਢ ਕੇ ਢਿੱਲੇ ਕਰਨੇ, ਖੋਲ੍ਹਣੇ ਨਹੀਂ ਆਪਾਂ। ਅਤੇ ਇੱਕ 10 ਨੰਬਰ ਦਾ ਜਾਂ 13 ਨੰਬਰ, 13 ਨੰਬਰ ਦਾ ਨਾਟ ਆ, ਲਓ ਜੀ 13 ਨੰਬਰ ਦਾ ਨਾਟ ਇਹ ਆ, ਇਹਨੂੰ ਢਿੱਲਾ ਕਰ ਲਓ ਬਸ, ਅਤੇ ਤੁਹਾਨੂੰ ਦੱਸ ਦਿੰਦਾ ਕੀ ਕਰਨਾ, ਢਿੱਲੇ ਕਰ ਲਓ ਪਹਿਲਾਂ, ਲਓ ਜੀ ਆਹ ਨਾਟ ਢਿੱਲੇ ਕਰ ਲਏ ਦੋਨੇ ਆ, ਅਤੇ ਸਲੜਾ 17 ਨੰਬਰ ਦੇ ਆ, 13 ਨੰਬਰ ਦਾ ਇੱਕ ਨਾਟ ਆ, ਢਿੱਲੇ ਕਰਨੇ, ਖੋਲ੍ਹਣੇ ਨਹੀਂ ਹੈਗੇ।
ਉਹਦੇ ਨਾਲ ਆ ਪੱਟਾ ਢਿੱਲਾ ਹੋ ਜੂਗਾ, ਲੋਹੇ ਦਾ ਹੀ ਪੱਟਾ ਇਹ, ਇਹਦੇ ਨਾਲ ਇਹ ਖੜਦੀ ਆ ਸਾਰੀ ਚੀਜ਼, ਇਹਨੂੰ ਫੜ ਕੇ ਰੱਖਦਾ ਹੈ। ਅਤੇ ਜੇ ਤੁਹਾਡਾ ਆ ਵੀ ਵਿੰਗਾ ਨਾ ਰੈਟਰ ਦਾ ਏਅਰ ਕਲੀਨਰ ਵੀ ਵਿੰਗਾ ਉੱਪਰੋਂ ਆਏ ਜੇ ਆ, ਨਾ ਢਿੱਲੇ ਕਰੋ, ਇੱਥੋਂ ਆਏ ਫੜ ਕੇ ਸਿੱਧਾ ਕਰ ਦਿਉ ਫਿਰ ਕਰ ਦਿਉ, ਓਕੇ ਆ। ਅਤੇ ਹੁਣ ਇਹਨੂੰ ਜਾਂ ਹੋ ਗਿਆ ਤੁਹਾਡਾ, ਇੱਦਾਂ ਘੁੰਮਾ ਦਿਉ, ਆਹ ਢੱਕਣ ਖੋਲ ਲਿਓ ਪਹਿਲਾਂ, ਇਹਦਾ ਇੱਦਾਂ ਘੁੰਮਾ ਕੇ ਮੂੰਹ ਕਰ ਦਿਉ ਥੱਲੇ ਨੂੰ, ਥੱਲੇ ਹਜੇ ਮੈਂ ਇੱਕ ਢੱਕਣ ਲਿਆਉਂਦਾ ਨਹੀਂ, ਜਿਹੋ ਜਿਹਾ ਪੌਦੇ ਲਾਇਆ ਵਾ ਜਾਲੀ 'ਚ ਮੈਂ ਦਿਖਾਉਣਾ, ਉਹ ਲੱਗਿਆ ਵਾ ਦੇਖੋ ਢੱਕਣ, ਬਾਜ਼ਾਰ 'ਚੋਂ ਲਾ ਕੇ ਲਿਆ ਕੇ ਇਹਦੇ ਵੀ ਲਾ ਦੂੰਗਾ। ਅਤੇ ਬਸ ਥੱਲੇ ਨੂੰ ਮੂੰਹ ਕਰ ਦਿਉ, ਇੰਨਾ ਕੁ ਥੱਲੇ ਕਰ ਦਿਓ ਵੀ ਢੱਕਣ ਲੱਗ ਜਾਵੇ, ਉੱਪਰੋਂ ਜਾਲੀ ਲੱਗ ਜਾ ਕਰੇ। ਲਓ ਜੀ ਫਿਰ ਇਹਨੂੰ ਕਰ ਦਿਉ ਜੀ ਸਿੱਧਾ ਜਿਹਾ ਕਰਕੇ, ਇਹਨੂੰ ਬੰਦ ਕਰਕੇ ਆਪਣੇ ਇਹ ਕਲੀਨਰ ਵੀ ਹੋ ਜੂਗਾ ਜਮਾਂ ਹੀ ਡਰਾਏ, ਕਿਉਂਕਿ ਇਹਦੇ ਅੰਦਰ ਫਿਲਟਰ ਆਉਂਦੇ ਨੇ। ਹੋਰ ਟਰੈਕਟਰ ਦਾ ਨਹੀਂ ਕਹਿੰਦਾ ਮੈਂ, ਨਿਊ ਹੋਲਣ ਦਾ ਕਹਿਣਾ ਇਕੱਲੇ ਦਾ, ਕਿਤੇ ਹੋਰ ਟਰੈਕਟਰ 'ਤੇ ਕਰਨ ਲੱਗ ਜਾਓ। ਹੁਣ ਆਪਾਂ ਓਨਲੀ ਸੁੱਕਾ ਸੁੱਕਾ ਕਰਤਾ, ਵਿੱਚ ਇਹਦਾ ਗਰਦ ਸਾਫ਼ ਕਰ ਦਿਆ ਕਰੇ, ਜਦ ਹੋ ਗਈ ਘੈਂਟ ਲੱਗਦਾ ਟਰੈਕਟਰ ਇੱਕਣ। ਹੁਣ ਬਣ ਗਿਆ ਜੈਂਗੋ, ਆਹ ਚਲੇ ਗਏ ਧਰਨੇ 'ਤੇ ਨੂੰ, ਕਿਸਾਨ ਉਹਦੀ ਟਰੈਕਟਰ ਮਾਰਚ ਜੀ ਕੱਢੀ ਤੀ 15 ਅਗਸਤ ਕਰਕੇ, ਕਰੋ ਚੈੱਕ। ਅਤੇ ਇਹ ਵਲੋਗ ਤੁਹਾਨੂੰ ਵਧੀਆ ਲੱਗਿਆ, ਆਹ ਚੀਜ਼ ਮੋਡੀਫਿਕੇਸ਼ਨ ਆਹ ਵਾਲੀ ਕਰਨੀ ਦਾ, ਅਤੇ ਕੋਈ ਇਨਫੋਰਮੇਸ਼ਨ ਮਿਲੀ ਤੁਹਾਨੂੰ ਵੀ ਇਹਦੀ ਦਾ ਸੁੱਕਾ ਕਿੱਦਾਂ ਕਰਨਾ, ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਓਕੇ ਜੀ, ਬਾਏ।